ਜ਼ਿਲ੍ਹਾ ਪਠਾਨਕੋਟ ਜੋ ਕਿ ਇਹਨਾਂ ਅਧੀਨੀ ਸ਼ੱਕੀ ਲੋਕਾਂ ਦੇ ਵੇਖੇ ਜਾਣ ਦੇ ਨਾਲ ਸੁਰਖੀਆਂ ਦੇ ਵਿੱਚ ਵੇਖਿਆ ਜਾ ਸਕਦਾ। ਮੇਰੇ ਪਿੱਛੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਇੱਕ ਵਾਰ ਮੁੜ ਜ਼ਿਲ੍ਹੇ ਦੇ ਪਿੰਡ ਫੰਗਤੋਲੀ ਵਿਖੇ 7 ਸ਼ੱਕੀ ਵੇਖੇ ਜਾਣ ਦੀ ਖਬਰ ਸਾਹਮਣੇ ਆ ਰਹੀ ਆ। ਦੱਸਿਆ ਜਾ ਰਿਹਾ ਕਿ ਬੀਤੀ ਸ਼ਾਮ ਕਰੀਬ 7 ਵਜੇ ਦੇ ਕਰੀਬ ਪਿੰਡ ਫੰਗਤੋਲੀ ਵਿਖੇ 7 ਸ਼ੱਕੀ ਅੰਸਰਾਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋਇਆ ਗਿਆ ਤੇ ਉੱਥੇ ਜਾ ਕੇ ਜਿਹੜਾ ਉਹ ਪਾਣੀ ਪੀਤਾ ਗਿਆ। ਬਹਰਹਾਲ ਸਾਡੇ ਨਾਲ ਉਹ ਸ਼ਖਸ ਵੀ ਜੁੜੇ ਨੇ ਜਿਹਨਾਂ ਕੋਲੋਂ ਪਾਣੀ ਪੀਤਾ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੋਂ ਜਾਣਦੇ ਹਾਂ ਕਿ ਆਖਿਰ ਕੱਲ੍ਹ ਹੋਇਆ ਕੀ ਸੀਗਾ। ਮੈਡਮ ਕੀ ਗੱਲਬਾਤ ਹੋਈ ਕੱਲ੍ਹ ਸ਼ਾਮ ਦੀ, ਕਿਸ ਵੇਲੇ ਦੀ ਘਟਨਾ, ਕਿੰਨੇ ਲੋਕ ਸੀਗੇ, ਕੀ ਹੋਇਆ? 7:15 ਵਜੇ ਦਾ ਟਾਈਮ ਆ, ਆਏ ਮੇਰੇ ਪਿੱਛੋਂ ਪਿੱਛੋਂ ਹੀ, ਉਹ ਮੈਨੂੰ ਬੋਲਦੇ ਭੈਣ ਜੀ ਪਾਣੀ ਪੀਣਾ ਆ, ਮੈਂ ਪਾਣੀ ਪਲਾ ਦਿੱਤਾ। ਫਿਰ ਉਹ ਮੈਨੂੰ ਪਾਣੀ ਲੈਣ ਅੰਦਰ ਚੱਲ ਗਏ, ਮੈਨੂੰ ਬੋਲਦੇ ਕਿ ਮਿਕਸ ਕਰ ਦਿਓ, ਮੈਂ ਮਿਕਸ ਬਾਲਟੀ 'ਚ ਲਿਆਂਦਾ, ਮੈਂ ਗਲਾਸ ਲਏ ਅਤੇ ਟ੍ਰੇ 'ਚ ਪਾਈ ਦਿੱਤੇ ਇਹਨਾਂ ਨੂੰ, ਇਹ ਮੇਰੇ ਪਿੱਛੇ ਹੀ ਆ ਗਏ, ਮੈਂ ਟੈਂਕੀ ਲੱਗੇ ਖੜੀ ਨਾ, ਇਹ ਮੇਰੇ ਪਿੱਛੇ ਪਿੱਛੇ ਆ ਗਏ, ਆਈਏ ਅਤੇ ਫਿਰ ਮੇਰੇ ਦਰਵਾਜ਼ੇ ਲੱਗੇ ਖੜੋ ਗਏ। ਮੈਂ ਉਹਨਾਂ ਨੂੰ ਫਿਰ ਟ੍ਰੇ 'ਚ ਪਾਣੀ ਪਾਈ ਦਿੱਤੀ, ਗੱਲਾਂ ਬਾਤਾਂ ਉਹਨਾਂ ਮੇਰੇ ਨਾਲ ਸ਼ੇਅਰ ਕੀਤੀਆਂ, ਉਹਨਾਂ ਮੈਨੂੰ ਬੋਲਦੇ ਕਿ ਤੁਹਾਡੇ ਘਰ ਵਾਲੇ ਕੀ ਕਰਦੇ। ਮੈਂ ਉਹਨਾਂ ਨੂੰ ਬੋਲਿਆ ਕਿ ਮੇਰੇ ਘਰ ਵਾਲੇ ਦਿਹਾੜੀ ਤੋਂ ਪਏ ਆ। ਫਿਰ ਬੋਲਦੇ ਤੁਹਾਡੇ ਬੱਚੇ ਕਿੰਨੇ, ਮੈਂ ਬੱਚੇ ਮੇਰੇ 2। ਫਿਰ ਬੋਲਦੇ ਕਿ ਅੱਛਾ, ਫਿਰ ਬੋਲਦੇ ਤੁਹਾਡੇ ਕੰਮ ਕੀ ਕਰਦੇ ਆ ਬੱਚੇ, ਮੈਂ ਉਹ ਘਰ ਹੀ ਨਾ, ਪਰ ਇਹ ਪੜ੍ਹੇ ਕਰਦੇ ਆ ਬੱਚੇ ਛੋਟੇ ਆ, ਕਹਿੰਦਾ ਅੱਛਾ। ਫਿਰ ਮੇਰੇ ਬੋਲਦੇ ਕਿ ਘਰ ਤੁਹਾਡਾ ਇਕੱਲਾ ਹੀ ਆ, ਮੈਂ ਕਿਹਾ ਨਹੀਂ ਘਰ ਸਾਡਾ ਇਕੱਲਾ ਨਹੀਂ ਹੈ, ਸਾਡੇ ਘਰ ਵੀ ਉਹ ਹੈ ਵੀ 2-3 ਘਰ ਹੈਗਾ ਸਾਡੇ। ਸਾਨੂੰ ਇੰਨਾ ਕਿ ਸਾਨੂੰ ਡਰ, ਮੈਨੂੰ ਰਾਤ ਦਿਨ ਮੈਂ ਇਕੱਲੀ ਕਈ ਵੇਲੇ ਰਹਿਣਾ ਪੈਂਦਾ ਆ, ਕਈ ਵੇਲੇ ਕੰਮ ਤੇ ਚੱਲ ਜਾਂਦੇ ਆ ਤੇ ਮੈਂ ਇਕੱਲੀ ਰਹਿੰਦੀ ਪਿੱਛੇ। ਹੈਲੋ, ਕਿੰਨੇ ਲੋਕ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਸ਼ੱਕ ਕਿੱਦਾਂ ਪਿਆ? ਸ਼ੱਕ ਮੈਨੂੰ ਤਾਂ ਪਿਆ ਕਿ ਉਹਨਾਂ ਦੀ ਦਾੜੇ ਦੂੜੇ ਦਿਖੇ, ਨਾਲੇ ਉਹਨਾਂ ਦਾ ਰੰਗ ਰੂਪ ਮੈਨੂੰ ਨਹੀਂ ਠੀਕ ਲੱਗਾ, ਉਹਨਾਂ ਦਾ ਰੂਪ ਮੈਨੂੰ ਡਰਾਮਾ ਜਿਹਾ ਲੱਗੇ ਕਰਦਾ, ਗੱਲਾਂ ਨਾਲੇ ਉਦਾਂ ਕਰਿਆ ਕਰਦੇ ਜਿੰਨਾ ਪੈਗ ਸ਼ੈਗ ਲਾਏ ਦੇ ਹੁੰਦੇ ਸੀ, ਨਸ਼ੇ ਕੀਤੇ ਦੇ ਹੁੰਦੇ ਹੋਣਾ ਮੈਨੂੰ। ਤੇ ਕਿਸ ਤਰ੍ਹਾਂ ਦੇ ਉਹਨੇ ਕੱਪੜੇ ਪਾਏ ਦੇ ਸੀ, ਕੋਈ ਹਥਿਆਰ ਵਗੈਰਾ ਦੇਖੇ ਉਹਨਾਂ ਕੋਲ? ਉਹਨਾਂ ਦੇ ਚੁੱਕੇ ਸੀ ਬੈਗ ਵੱਡੇ ਵੱਡੇ, ਇਹਨਾਂ ਨੇ ਮੈਨੂੰ ਪਤਾ ਵੀ ਹੈ ਕਿ ਇਹ ਚੀਜ਼ ਵਿੱਚ ਪਾਈ ਦੀ, ਪਰ ਮੈਂ ਇਹਨਾਂ ਨੇ ਕੱਪੜੇ ਦੇਖੇ ਗੰਦੇ, ਬਿਲਕੁਲ ਗੰਦੇ ਸੀ ਉਹਨਾਂ ਦੇ, ਇਹ ਬੂਟ ਬਾਟ ਮੈਂ ਨਹੀਂ ਦੇਖੇ ਵੀ ਕੀ ਪਾਇਆ ਦਾ ਕੀ ਨਹੀਂ ਪਾਇਆ ਦਾ, ਇੰਨਾ ਮੈਂ ਬੈਗ ਦੇਖੇ ਉਹਨਾਂ ਦੇ, ਬਸ ਇੰਨੀਆਂ ਗੱਲਾਂ ਮੇਰੇ ਨਾਲ ਕਰੀਏ। ਉਸ ਤੋਂ ਬਾਅਦ ਚੱਲ ਗਏ, ਮੈਂ ਇੰਨੀ ਗੱਲ ਵੀ ਬੋਲੀ, ਭਾਜੀ ਉੱਪਰ ਕੱਖ ਵੀ ਨਹੀਂ ਆ, ਤੁਸੀਂ ਕੈਸੀ ਜਾ? ਫਿਰ ਮੈਨੂੰ ਬੋਲਦੇ ਕਿ ਸਾਨੂੰ ਕੰਮ ਹੈ, ਉਹਨਾਂ ਰੋਹ ਨਾਲ ਤੁਹਾਨੂੰ ਬੋਲਿਆ ਵੀ ਖਾਣ ਨੂੰ ਕੰਮ ਹੈ। ਫਿਰ ਉਹ ਪਿੱਛੇ ਮੁੜ ਮੁੜ ਕੇ ਮੈਨੂੰ ਦੇਖੇ ਕਰਦੇ ਸੀ ਕਿ ਕਿਤੇ ਰੋਲਾ ਤਾਂ ਨਹੀਂ ਪਾਏ ਕਰਦੀ ਹੈ। ਫਿਰ ਮੈਂ ਉਸ ਤੋਂ ਬਾਅਦ ਮੈਂ ਚੱਲ ਗਈ ਭਾਜੀ ਦੇ ਘਰ, ਭਾਜੀ ਅੱਗੇ ਘਰ ਨਹੀਂ ਹਾਂ, ਫਿਰ ਅੱਗੇ ਨਨਾਣ ਸਾਡੀ ਆਈ ਸੀ, ਫਿਰ ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਦੀਦੀ ਇੱਦਾਂ ਦਾ ਗੱਲ ਹੋਈ ਹੈ। ਤੇ ਜਿਸ ਏਰੀਆ ਤੋਂ ਇਹ ਆਏ ਸੀਗੇ, ਇਹ ਮੈਦਾਨੀ ਇਲਾਕਾ ਜਾਂ ਇੱਥੇ ਜੰਗਲਾਤ ਆ? ਸਾਰਾ ਜੰਗਲਾਤ ਹੀ ਹੈ। ਤੇ ਜਿੱਦਲੇ ਪਾਸੇ ਗਏ ਆ? ਇਹ ਗਏ ਵੀ ਉੱਪਰ ਨੂੰ ਹੈ, ਉੱਪਰ ਸਿੱਧੇ ਹੀ ਚੱਲ ਗਏ, ਮੈਂ ਦੇਖੇ ਜਾਂਦੇ ਪਿੱਛੇ ਮੁੜ ਮੁੜ ਕੇ ਮੈਨੂੰ ਦੇਖੇ ਕਰਦੇ ਸੀ ਵੀ ਕਿਤੇ ਰੋਲਾ ਤਾਂ ਨਹੀਂ ਪਾਏ ਕਰਦੇ। ਠੀਕ ਹੈ, ਤਾਂ ਵੇਖਿਆ ਤੁਸੀਂ ਕਿ ਇਸ ਵੇਲੇ ਘਬਰਾਏ ਹੋਏ ਜਿਹੜੀ ਪਰਿਵਾਰ ਦੀ ਇਹ ਲੇਡੀ ਜਿਹੜੀ ਪੂਰੀ ਤਰ੍ਹਾਂ ਘਬਰਾਈ ਹੋਈ ਹੈ ਕੱਲ੍ਹ ਦੀ ਇਹ ਘਟਨਾ ਵਾਪਰਨ ਤੋਂ ਬਾਅਦ, ਕਿਉਂਕਿ ਇਲਾਕਾ ਸਾਰਾ ਜੰਗਲਾਤ ਦਾ, ਪੂਰਾ ਜੰਗਲ ਹੈ ਇਸ ਪਾਸੇ, ਅਤੇ ਜਿਹੜਾ ਆ ਇਹ ਮੈਦਾਨੀ ਇਲਾਕੇ ਦੇ ਵਿੱਚੋਂ ਆਉਣ ਦੀ ਬਜਾਏ ਜੰਗਲ ਦੇ ਵਿੱਚੋਂ ਆਉਂਦੇ ਨੇ, ਜੰਗਲ ਦੇ ਵਿੱਚੋਂ ਆ ਕੇ ਇੱਥੇ ਪਾਣੀ ਪੀਂਦੇ ਨੇ, ਮੁੜ ਜੰਗਲ ਦੇ ਵਿੱਚ ਦਾਖਲ ਹੋ ਜਾਂਦੇ ਨੇ। ਸੋ ਲਿਹਾਜ਼ਾ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਦੇ ਉੱਤੇ ਵੀ ਸਵਾਲ ਖੜਾ ਹੁੰਦਾ ਕਿ ਲਗਾਤਾਰ ਜ਼ਿਲ੍ਹੇ ਦੇ ਵਿੱਚ ਸ਼ੱਕੀ ਵੇਖੇ ਜਾਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ, ਔਰ ਨਾਲ ਦੀ ਨਾਲ ਲੋਕਾਂ ਦੇ ਵਿੱਚ ਜਿਹੜਾ ਇਸ ਵੇਲੇ ਭੈ ਦਾ ਮਾਹੌਲ ਬਣਿਆ ਹੋਇਆ। ਜ਼ਿਲ੍ਹਾ ਪਠਾਨਕੋਟ ਜੋ ਕਿ ਇਹਨਾਂ ਅਧੀਨੀ ਸ਼ੱਕੀ ਲੋਕਾਂ ਦੇ ਵੇਖੇ ਜਾਣ ਦੇ ਨਾਲ ਸੁਰਖੀਆਂ ਦੇ ਵਿੱਚ ਵੇਖਿਆ ਜਾ ਸਕਦਾ। ਮੇਰੇ ਪਿੱਛੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਇੱਕ ਵਾਰ ਮੁੜ ਜ਼ਿਲ੍ਹੇ ਦੇ ਪਿੰਡ ਫੰਗਤੋਲੀ ਵਿਖੇ 7 ਸ਼ੱਕੀ ਵੇਖੇ ਜਾਣ ਦੀ ਖਬਰ ਸਾਹਮਣੇ ਆ ਰਹੀ ਆ। ਦੱਸਿਆ ਜਾ ਰਿਹਾ ਕਿ ਬੀਤੀ ਸ਼ਾਮ ਕਰੀਬ 7 ਵਜੇ ਦੇ ਕਰੀਬ ਪਿੰਡ ਫੰਗਤੋਲੀ ਵਿਖੇ 7 ਸ਼ੱਕੀ ਅੰਸਰਾਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋਇਆ ਗਿਆ ਤੇ ਉੱਥੇ ਜਾ ਕੇ ਜਿਹੜਾ ਉਹ ਪਾਣੀ ਪੀਤਾ ਗਿਆ। ਬਹਰਹਾਲ ਸਾਡੇ ਨਾਲ ਉਹ ਸ਼ਖਸ ਵੀ ਜੁੜੇ ਨੇ ਜਿਹਨਾਂ ਕੋਲੋਂ ਪਾਣੀ ਪੀਤਾ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੋਂ ਜਾਣਦੇ ਹਾਂ ਕਿ ਆਖਿਰ ਕੱਲ੍ਹ ਹੋਇਆ ਕੀ ਸੀਗਾ। ਮੈਡਮ ਕੀ ਗੱਲਬਾਤ ਹੋਈ ਕੱਲ੍ਹ ਸ਼ਾਮ ਦੀ, ਕਿਸ ਵੇਲੇ ਦੀ ਘਟਨਾ, ਕਿੰਨੇ ਲੋਕ ਸੀਗੇ, ਕੀ ਹੋਇਆ? 7:15 ਵਜੇ ਦਾ ਟਾਈਮ ਆ, ਆਏ ਮੇਰੇ ਪਿੱਛੋਂ ਪਿੱਛੋਂ ਹੀ, ਉਹ ਮੈਨੂੰ ਬੋਲਦੇ ਭੈਣ ਜੀ ਪਾਣੀ ਪੀਣਾ ਆ, ਮੈਂ ਪਾਣੀ ਪਲਾ ਦਿੱਤਾ। ਫਿਰ ਉਹ ਮੈਨੂੰ ਪਾਣੀ ਲੈਣ ਅੰਦਰ ਚੱਲ ਗਏ, ਮੈਨੂੰ ਬੋਲਦੇ ਕਿ ਮਿਕਸ ਕਰ ਦਿਓ, ਮੈਂ ਮਿਕਸ ਬਾਲਟੀ 'ਚ ਲਿਆਂਦਾ, ਮੈਂ ਗਲਾਸ ਲਏ ਅਤੇ ਟ੍ਰੇ 'ਚ ਪਾਈ ਦਿੱਤੇ ਇਹਨਾਂ ਨੂੰ, ਇਹ ਮੇਰੇ ਪਿੱਛੇ ਹੀ ਆ ਗਏ, ਮੈਂ ਟੈਂਕੀ ਲੱਗੇ ਖੜੀ ਨਾ, ਇਹ ਮੇਰੇ ਪਿੱਛੇ ਪਿੱਛੇ ਆ ਗਏ, ਆਈਏ ਅਤੇ ਫਿਰ ਮੇਰੇ ਦਰਵਾਜ਼ੇ ਲੱਗੇ ਖੜੋ ਗਏ। ਮੈਂ ਉਹਨਾਂ ਨੂੰ ਫਿਰ ਟ੍ਰੇ 'ਚ ਪਾਣੀ ਪਾਈ ਦਿੱਤੀ, ਗੱਲਾਂ ਬਾਤਾਂ ਮੇਰੇ ਨਾਲ ਸ਼ੇਅਰ ਕੀਤੀਆਂ, ਉਹਨਾਂ ਮੈਨੂੰ ਬੋਲਦੇ ਕਿ ਤੁਹਾਡੇ ਘਰ ਵਾਲੇ ਕੀ ਕਰਦੇ। ਮੈਂ ਉਹਨਾਂ ਨੂੰ ਬੋਲਿਆ ਕਿ ਮੇਰੇ ਘਰ ਵਾਲੇ ਦਿਹਾੜੀ ਤੋਂ ਪਏ ਆ।
ਫਿਰ ਬੋਲਦੇ ਤੁਹਾਡੇ ਬੱਚੇ ਕਿੰਨੇ, ਮੈਂ ਕਿਹਾ ਬੱਚੇ ਮੇਰੇ ਦੋ, ਫਿਰ ਬੋਲਦੇ ਕਿ ਅੱਛਾ, ਫਿਰ ਬੋਲਦੇ ਤੁਹਾਡੇ ਕੰਮ ਕੀ ਕਰਦੇ ਆ ਬੱਚੇ, ਮੈਂ ਕਿਹਾ ਘਰ ਹੀ ਨਾ, ਪਰ ਇਹ ਪੜ੍ਹੇ ਕਰਦੇ ਆ ਬੱਚੇ ਛੋਟੇ ਆ, ਕਹਿੰਦਾ ਅੱਛਾ, ਫਿਰ ਮੇਰੇ ਬੋਲਦੇ ਕਿ ਘਰ ਤੁਹਾਡਾ ਇਕੱਲਾ ਹੀ ਆ, ਮੈਂ ਕਿਹਾ ਨਹੀਂ ਘਰ ਸਾਡਾ ਇਕੱਲਾ ਨਹੀਂ ਹੈ, ਸਾਡੇ ਘਰ ਵੀ ਉਹ ਹੈ ਵੀ ਦੋ ਤਿੰਨ ਘਰ ਹੈਗਾ ਸਾਡੇ, ਸਾਨੂੰ ਇੰਨਾ ਕਿ ਸਾਨੂੰ ਡਰ, ਮੈਨੂੰ ਰਾਤ ਦਿਨ ਮੈਂ ਇਕੱਲੀ ਕਈ ਵੇਲੇ ਰਹਿਣਾ ਪੈਂਦਾ ਆ, ਕਈ ਵੇਲੇ ਕੰਮ ਤੇ ਚੱਲ ਜਾਂਦੇ ਆ ਤੇ ਮੈਂ ਇਕੱਲੀ ਰਹਿੰਦੀ ਪਿੱਛੇ। ਹੈਲੋ, ਕਿੰਨੇ ਲੋਕ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਸ਼ੱਕ ਕਿੱਦਾਂ ਪਿਆ? ਸ਼ੱਕ ਮੈਨੂੰ ਤਾਂ ਪਿਆ ਕਿ ਉਹਨਾਂ ਦੀ ਦਾੜੇ ਦੂੜੇ ਦਿਖੇ, ਨਾਲੇ ਉਹਨਾਂ ਦਾ ਰੰਗ ਰੂਪ ਮੈਨੂੰ ਨਹੀਂ ਠੀਕ ਲੱਗਾ, ਉਹਨਾਂ ਦਾ ਰੂਪ ਮੈਨੂੰ ਡਰਾਉਣਾ ਜਿਹਾ ਲੱਗੇ ਕਰਦਾ, ਗੱਲਾਂ ਨਾਲੇ ਉਦਾਂ ਕਰਿਆ ਕਰਦੇ ਜਿੰਨਾ ਪੈਗ ਸ਼ੈਗ ਲਾਏ ਦੇ ਹੁੰਦੇ, ਨਸ਼ੇ ਕੀਤੇ ਦੇ ਹੁੰਦੇ ਹੋਣਾ ਮੈਨੂੰ। ਤੇ ਕਿਸ ਤਰ੍ਹਾਂ ਦੇ ਉਹਨੇ ਕੱਪੜੇ ਪਾਏ ਦੇ ਸੀਗੇ, ਕੋਈ ਹਥਿਆਰ ਵਗੈਰਾ ਦੇਖੇ ਹੋਣਾ ਕੋਲ? ਉਹਨਾਂ ਦੇ ਚੁੱਕੇ ਸੀ ਬੈਗ ਵੱਡੇ ਵੱਡੇ, ਇੰਨਾ ਨੀ ਮੈਨੂੰ ਪਤਾ ਵੀ ਹੈ ਕਿ ਇਹ ਚੀਜ਼ ਵਿੱਚ ਪਾਈ ਦੀ, ਪਰ ਮੈਂ ਇਹਨਾਂ ਨੇ ਕੱਪੜੇ ਦਿਖੇ ਗੰਦੇ, ਬਿਲਕੁਲ ਗੰਦੇ ਸੀ ਉਹਨਾਂ ਦੇ, ਇਹ ਬੂਟ ਬਾਟ ਮੈਂ ਨਹੀਂ ਦਿਖੇ ਵੀ ਕੀ ਪਾਇਆ ਦਾ ਕੀ ਨਹੀਂ ਪਾਇਆ ਦਾ, ਇੰਨਾ ਮੈਂ ਬੈਗ ਦਿਖੇ ਉਹਨਾਂ ਦੇ, ਬਸ ਇੰਨੀਆਂ ਗੱਲਾਂ ਮੇਰੇ ਨਾਲ ਕਰੀਏ। ਉਸ ਤੋਂ ਬਾਅਦ ਚਲ ਗਏ, ਮੈਂ ਇੰਨੀ ਗੱਲ ਵੀ ਬੋਲੀ, ਭਾਜੀ ਉੱਪਰ ਕੱਖ ਵੀ ਨਹੀਂ ਆ, ਤੁਸੀਂ ਕੈਸੀ ਜਾ, ਫਿਰ ਮੈਨੂੰ ਬੋਲਦੇ ਕਿ ਸਾਨੂੰ ਕੰਮ ਹੈ, ਉਹਨਾਂ ਰੋਹਬ ਨਾਲ ਤੁਹਾਨੂੰ ਬੋਲਿਆ ਵੀ ਸਾਨੂੰ ਕੰਮ ਹੈ, ਫਿਰ ਉਹ ਪਿੱਛੇ ਮੁੜ ਮੁੜ ਕੇ ਮੈਨੂੰ ਦਿਖੇ ਕਰਦੇ ਕਿ ਕਿਤੇ ਰੋਲਾ ਤਾਂ ਨਹੀਂ ਪਾਏ ਕਰਦੀ ਹੈ। ਫਿਰ ਮੈਂ ਉਸ ਤੋਂ ਬਾਅਦ ਮੈਂ ਚੱਲ ਗਈ ਭਾਜੀ ਦੇ ਘਰ, ਭਾਜੀ ਅੱਗੇ ਘਰ ਨਹੀਂ ਹਾਂ, ਫਿਰ ਅੱਗੇ ਨਨਾਣ ਸਾਡੀ ਆਈ ਸੀ, ਫਿਰ ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਦੀਦੀ ਇੱਦਾਂ ਦਾ ਗੱਲ ਹੋਈ ਹੈ। ਤੇ ਜਿਸ ਏਰੀਆ ਤੋਂ ਇਹ ਆਏ ਸੀਗੇ ਇਹ ਮੈਦਾਨੀ ਇਲਾਕਾ ਜਾਂ ਇੱਥੇ ਜੰਗਲਾਤ ਆ ਸਾਰਾ? ਜੰਗਲਾਤ ਹੀ ਹੈ। ਤੇ ਜਿੱਧਰਲੇ ਪਾਸੇ ਗਏ ਆ? ਇਹ ਗਏ ਵੀ ਉੱਪਰ ਨੂੰ ਹੈ, ਉੱਪਰ ਸਿੱਧੇ ਹੀ ਚੱਲ ਗਏ, ਮੈਂ ਦਿਖੇ ਜਾਂਦੇ, ਪਿੱਛੇ ਮੁੜ ਮੁੜ ਕੇ ਮੈਨੂੰ ਦਿਖੇ ਕਰਦੇ ਇਹ ਵੀ ਕਿਤੇ ਰੋਲਾ ਤਾਂ ਨਹੀਂ ਪਾਏ ਕਰਦੇ। ਠੀਕ ਹੈ, ਤਾਂ ਵੇਖਿਆ ਤੁਸੀਂ ਕਿ ਇਸ ਵੇਲੇ ਘਬਰਾਏ ਹੋਏ ਜਿਹੜੀ ਪਰਿਵਾਰ ਦੀ ਇਹ ਲੇਡੀ ਜਿਹੜੀ ਆ ਪੂਰੀ ਤਰ੍ਹਾਂ ਘਬਰਾਈ ਹੋਈ ਹੈ ਕੱਲ ਦੀ ਇਹ ਘਟਨਾ ਵਾਪਰਨ ਤੋਂ ਬਾਅਦ, ਕਿਉਂਕਿ ਇਲਾਕਾ ਸਾਰਾ ਜੰਗਲਾਤ ਦਾ, ਪੂਰਾ ਜੰਗਲ ਹੈ ਇਸ ਪਾਸੇ ਆ, ਤੇ ਜਿਹੜਾ ਆ ਇਹ ਮੈਦਾਨੀ ਇਲਾਕੇ ਦੇ ਵਿੱਚੋਂ ਆਉਣ ਦੀ ਬਜਾਏ ਜੰਗਲ ਦੇ ਵਿੱਚੋਂ ਆਉਂਦੇ ਨੇ, ਜੰਗਲ ਦੇ ਵਿੱਚੋਂ ਆ ਕੇ ਇੱਥੇ ਪਾਣੀ ਪੀਂਦੇ ਨੇ, ਮੁੜ ਜੰਗਲ ਦੇ ਵਿੱਚ ਦਾਖਲ ਹੋ ਜਾਂਦੇ ਨੇ। ਸੋ ਲਿਹਾਜ਼ਾ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਦੇ ਉੱਤੇ ਵੀ ਸਵਾਲ ਖੜਾ ਹੁੰਦਾ ਕਿ ਲਗਾਤਾਰ ਜ਼ਿਲ੍ਹੇ ਦੇ ਵਿੱਚ ਸ਼ੱਕੀ ਵੇਖੇ ਜਾਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ, ਔਰ ਨਾਲ ਦੀ ਨਾਲ ਲੋਕਾਂ ਦੇ ਵਿੱਚ ਜਿਹੜਾ ਇਸ ਵੇਲੇ ਭੈ ਦਾ ਮਾਹੌਲ ਬਣਿਆ ਹੋਇਆ।